ਸਿੱਧੂ ਮੂਸੇਵਾਲੇ ਦੇ ਮਾਪੇ ਜੋ ਕਿ ਪੁੱਤ ਦੇ ਇਨਸਾਫ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਤੇ ਸਰਕਾਰ ਨੂੰ ਮਿਲ ਕੇ ਵੀ ਆਪਣਾ ਪੱਖ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਦੋਸਤੋ ਅੱਜ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦਿਨ ਚੜ੍ਹਦੇ ਹੀ ਬੇहद ਭਾਵੁਕ ਹੋ ਗਏ ਤੇ ਉਹਨਾਂ ਨੇ ਸੀਐਮ ਭਗਵੰਤ ਮਾਨ ਨੂੰ ਆਪਣਾ ਦੁੱਖ ਸੁਣਾਉਂਦੇ ਹੋਏ ਇੱਕ ਭਾਵੁਕ ਪੋਸਟ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਮਾਤਾ ਚਰਨਕੌਰ ਨੇ ਲਿਖਿਆ ਵਿਕਾਸ ਤੂੰ ਭਾਵੇਂ ਫੇਰ ਕਰ ਲਈ 5 ਸਾਲ ਹੱਕ ਤੇਰਾ ਹੀ ਰਹਿਣਾ ਹੈ ਤੈਨੂੰ ਤਾਂ ਮੋੜ ਕੁਰਸੀ ਮਿਲ ਜਾਣੀ ਵੇ ਮੈਨੂੰ ਮਾ ਨਾ ਕਿਸੇ ਨੇ ਕਹਿਣਾ ਏ ਸੁਣ ਲੈ ਅਰਜੋਈ ਮੇਰੀ ਕੁੱਖ ਦੀ ਮਾਨਾ ਦੁੱਖ ਪੁੱਤ ਦਾ ਔਖਾ ਸਹਿਣਾ ਏ ਕਣਕਣ ਪੰਜਾਬ ਦਾ ਹੱਥ ਤੇਰੇ ਤੇ ਘਰ ਘਰ ਵਿੱਚ ਪੁੱਤਰ ਮੇਰਾ ਏ ਘਰ ਦੇ ਇਨਸਾਫ ਖੋਏ ਸਾਹਾਂ ਦਾ ਹਰ ਜੀ ਦਾ ਇਹੋ ਕਹਿਣਾ ਏ ਸੁਣ ਲੈ ਅਰਜੋਈ ਮੇਰੀ ਕੁੱਖ ਦੀ ਮਾਨਾ ਦੁੱਖ ਪੁੱਤ ਦਾ ਔਖਾ ਸਹਿਣਾ ਏ ਹਾਕਮ ਮਾਰ ਕੇ ਨਾ ਅੱਗੇ ਆਇਆ ਸੀ ਉਹਨੇ ਸੰਘਰਸ਼ ਨੂੰ ਖੂਬ ਹੰਡਾਇਆ ਸੀ ਸ਼ੁਭਦੀਪ ਤੋਂ ਸਿੱਧੂ ਮੂਸੇਵਾਲਾ ਨਾਂ ਔਖਾ ਬਹੁਤ ਬਣਾਇਆ ਸੀ ਇਸ ਦੇ ਨਾਲ ਹੀ ਮਾਤਾ ਚਰਨ ਕੌਰ ਨੇ ਭਗਵੰਤ ਮਾਨ ਨੂੰ ਲਿਖਿਆ ਕਿ ਭਗਵੰਤ ਮਾਨ ਸਾਹਿਬ ਇੱਕ ਮਾਂ ਦਾ ਇੱਕ ਪੰਜਾਬੀ ਔਰਤ ਦਾ ਤੇ ਇੱਕ ਭਾਰਤੀ ਨਾਗਰਿਕ ਦਾ ਯਕੀਨ ਤੁਹਾਡੇ ਪੰਜਾਬ ਦੇ ਤੇ ਭਾਰਤ ਦੀਆਂ ਕਾਨੂੰਨੀ ਨੀਤੀਆਂ ਤੋਂ ਉੱਠ ਰਿਹਾ ਹੈ ਮੈਂ ਜਾਣਦੀ ਹਾਂ ਕਿ ਤੁਸੀਂ ਪੂਰੇ ਪੰਜਾਬ ਨੂੰ ਸਾਂਭਣਾ ਹੈ ਤੁਸੀਂ ਜਿਸ ਕੁਰਸੀ ਤੇ ਬੈਠੇ ਹੋ ਉਹ ਤਪ ਦੀ ਪੱਠੀ ਸਮਾਨ ਹੈ ਜਿਸ ਤਰ੍ਹਾਂ ਤੁਸੀਂ ਦਿਨ ਵਿੱਚ ਹਜ਼ਾਰਾਂ ਲੋਕਾਂ ਨੂੰ ਪੰਜਾਬ ਦੇ ਵਿਕਾਸ ਲਈ ਮਿਲਦੇ ਹੋ ਮੈਂ ਵੀ ਤੁਹਾਡੇ ਵਾਂਗ ਤਪਦੀ ਪੱਠੀ ਤੇ ਬੈਠੀ ਹਾਂ ਬੇਸ਼ੱਕ ਸਾਲ ਬੀਤ ਗਿਆ ਪਰ ਮੈਂ ਅੱਜ ਵੀ ਟਾਲੀ ਵਾਲੇ ਖੇਤ ਵਿੱਚ ਬਲਦੀ ਮੇਰੇ ਪੁੱਤ ਦੀ ਚਿਖਾਂ ਨੂੰ ਭੱਕਦੀ ਮਹਿਸੂਸ ਕਰਦੀ ਹਾਂ ਤੇ ਉਹ ਅੱਗ ਦੀਆਂ ਲਾਟਾਂ ਮੇਰੇ ਅੰਦਰ ਪੰਜਾਬੀ ਤੇ ਭਾਰਤੀ ਨੂੰ ਖਤਮ ਕਰ ਰਹੀਆਂ ਨੇ ਮੈਂ ਭਾਣਾ ਮੰਨ ਕੇ ਸਬਰ ਕਰਾਂ ਤਾਂ ਕਿਵੇਂ ਕਰਾਂ ਕਿ ਮੈਂ ਰੱਬ ਤੇ ਛੱਡ ਕੇ ਉਹਨਾਂ ਜ਼ਾਲਮਾਂ ਨੂੰ ਹੋਰ ਨੌਜਵਾਨਾਂ ਦੀ ਜਾਨ ਲੈਣ ਲਈ ਖੁੱਲਾ ਛੱਡ ਦਿਆਂ ਮੈਂ ਇਸ ਦੇਸ਼ ਦਾ ਇਸ ਰਾਜ ਦਾ ਕਾਨੂੰਨ ਕਦੇ ਭੰਗ ਨਹੀਂ ਕੀਤਾ ਤਾਂ ਵੀ ਮੈਨੂੰ ਮੇਰੇ ਪੁੱਤ ਦਾ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਤੁਹਾਡੇ ਤੋਂ ਇਹਨਾਂ ਸਵਾਲਾਂ ਦੇ ਜਵਾਬ ਮੰਗਦੀ ਹਾਂ ਮਾਨ ਸਾਹਿਬ दवाई तो ज्यादा कम करती है। बाबा अक्रम खान नौ तिरतालीसौ सौरिज वशीकरणीकरण दुश्मन तो छुटकारा प्यारोखा तो खोया प्यारापस पा करा मुक्ति तलाक केस विदेश यात्रा ज पीआर लाटरी नंबर पाओ छो उजा हो प्यार धोखा खा चुके प्रेमी प्रेमिका एक बार जरूर संपर्क